ਆਏ ਹੋਏ ਸਾਰੇ ਮਹਿਮਾਨ ਅਤੇ ਪ੍ਰਧਾਨਗੀ ਪੈਨਲ ਸਾਰਿਆਂ ਨੂੰ ਜੀਆਂ ਕਹਿੰਦਾ ਹਾਂ। ਅਤੇ ਮੈਂ ਤਾਂ ਜੋ ਇੱਥੇ ਜੋ ਕੁਛ ਵੀ ਦੇਖਿਆ ਉਹ ਸਿਰਫ ਲਫਜ਼ਾਂ ਦੇ ਵਿੱਚ ਤਾਂ ਬਿਆਨ ਨਹੀਂ ਕੀਤਾ ਜਾ ਸਕਦਾ। ਅਸੀਂ ਇਹ ਚਾਹਵਾਂਗੇ ਕਿ ਜੋ ਈਸਟ ਜਰਮਨ ਅਤੇ ਵੈਸਟ ਜਰਮਨ ਦੇ ਵਿੱਚੋਂ ਲੋਕਾਂ ਨੇ ਕੰਧ ਘਾਤੀ ਸੀ, ਛੇਤੀ ਤੋਂ ਛੇਤੀ ਇਹ ਕਣਕੜੇ ਵਾਲੀ ਵਾੜ ਜਿਹੜੀ ਆ ਉਹ ਕਿਸੇ ਨਾ ਕਿਸੇ ਤਰ੍ਹਾਂ ਚੱਕਣ ਦੇ ਮਸੂਬੇ ਬਣਨ। ਵਾਹਿਗੁਰੂ ਗੁਰੂ ਨਾਨਕ ਦੇਵ ਜੀ ਸਾਡੇ 'ਤੇ ਮਿਹਰ ਕਰਨ। ਅਸੀਂ ਸਾਡਾ ਮੂਲ ਜਿਹੜਾ ਜੋ ਹੈ ਦਾਸ ਦਾ ਪਿੰਡ ਵੀ ਸਾਡੇ ਬਜ਼ੁਰਗਾਂ ਦਾ ਪਿੰਡ ਤਹਿਸੀਲ ਜਲ੍ਹਾਂਵਾਲਾ ਡਿਸਟ੍ਰਿਕਟ ਫੈਸਲਾਬਾਦ ਅਤੇ ਪਿੰਡ ਚੱਕ ਨੰਬਰ 91 ਧਨੂਆ ਹੈ। ਜਦੋਂ ਵੀ ਕਿਤੇ ਯਾਦ ਆਉਂਦੀ ਹੈ, ਜਦੋਂ ਵੀ ਕਿਤੇ ਸੋਚੀਦਾ ਹੈ ਵੀ ਉੱਥੇ ਜ਼ਰੂਰ ਜਾਵਾਂਗੇ। ਇਸ ਸਟੇਟ ਦੇ ਵਿੱਚ ਉੱਥੇ ਜਾਣ ਦਾ ਮੌਕਾ ਨਹੀਂ ਮਿਲਿਆ, ਅਗਲੀ ਵਾਰ ਨੂੰ ਉੱਥੇ ਜ਼ਰੂਰ ਜਾਵਾਂਗੇ। ਜੋ ਪਿਆਰ ਮਿਲਿਆ ਹੈ ਇੱਥੇ ਉਹ ਸਾਨੂੰ ਇੱਥੇ ਵਾਰ ਵਾਰ ਲੈ ਕੇ ਆਵੇਗਾ, ਅਸੀਂ ਵਾਰ ਵਾਰ ਆਉਂਦੇ ਰਹਾਂਗੇ। ਬਾਕੀ ਜਿਹੜੀ ਹੈ ਪੰਜਾਬੀ ਭਾਸ਼ਾ ਦੀ ਗੱਲ, ਸਾਨੂੰ ਛੇਤੀ ਤੋਂ ਛੇਤੀ ਇਹ ਕੋਈ ਨਾ ਕੋਈ ਉਪਰਾਲਾ ਕਰਨਾ ਚਾਹੀਦਾ ਕਿ ਜਿਹੜੀਆਂ ਕਿਤਾਬਾਂ ਸ਼ਾਹਮੁਖੀ ਦੇ ਵਿੱਚ ਲਿਖੀਆਂ ਗਈਆਂ ਹਨ ਉਹਨਾਂ ਨੂੰ ਅਸੀਂ ਪੜ੍ਹ ਸਕੀਏ, ਜਿਹੜੀਆਂ ਗੁਰਮੁਖੀ ਵਿੱਚ ਲਿਖੀਆਂ ਗਈਆਂ ਹਨ ਉਹ ਇੱਥੋਂ ਦੇ ਲੋਕ ਪੜ੍ਹ ਸਕਣ, ਤਾਂ ਸਾਡਾ ਹੋਰ ਪਿਆਰ ਵਧੇ, ਆਪਸੀ ਸਾਂਝ ਵਧੇ ਅਤੇ ਆਪਸੀ ਸਾਂਝ ਹੀ ਇੱਕ ਦਿਨ ਉਹ ਕੰਨੇ ਵਾਲੀ ਵਾਰ ਜਕਣ ਦਾ ਕਾਰਨ ਬਣੇਗੀ। ਬਾਕੀ ਸਾਰੇ ਆਏ ਹੋਏ ਸਾਰੇ ਮਹਿਮਾਨ ਅਤੇ ਸਾਰੇ ਸੰਗਤ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।